ਵੈਲਕਮ ਟੂ ਡੀਜੀਐਮ ਐਜੂਕੇਸ਼ਨ ਚੈਨਲ ਇਸ ਵੀਡੀਓ ਵਿੱਚ ਅਸੀਂ ਪੰਜਾਬ ਦੇ ਫਸਟ ਸੀਐਮ ਬਾਰੇ ਗੱਲ ਕਰਾਂਗੇ ਜੋ ਪੰਜਾਬ ਦੇ ਪਹਿਲੇ ਸੀਐਮ ਬਣੇ ਦੇਸ਼ ਆਜ਼ਾਦ ਹੋਣ ਦੇ ਟਾਈਮ ਤੇ ਤਾਂ ਸਾਡੇ ਅਜੋਕੇ ਪੰਜਾਬ ਦੇ ਪਹਿਲੇ ਸੀਐਮ ਸੀ ਗੋਪੀਚੰਦ ਬਾਰਗਵ ਤਾਂ ਇਹ ਪੰਜਾਬ ਦੇ ਸੀਐਮ 1947 ਤੋਂ ਲੈ ਕੇ 1949 ਤੱਕ ਰਹੇ ਤਾਂ ਇਹ ਪੰਜਾਬ ਦੇ ਜੋ ਸੀਐਮ ਗੋਪੀਚੰਦ ਬਾਰਗਵ ਤਿੰਨ ਵਾਰ ਪੰਜਾਬ ਦੇ ਸੀਐਮ ਬਣੇ ਦੂਸਰੀ ਵਾਰ ਇਹ ਨੰਜਾ ਤੋਂ 51 ਤੱਕ ਬਣੇ ਫਿਰ ਅਸੀਂ ਇਹ 64 ਤੋਂ 64 ਤੱਕ ਰਹੇ ਜਾਨੀ ਕਿ 21 ਜੂਨ 1964 ਤੋਂ 6 ਜੁਲਾਈ 1964 ਤੱਕ ਇਹ ਪੰਜਾਬ ਦੇ ਤੀਸਰੀ ਵਾਰ ਸੀਐਮ ਬਣੇ ਤੇ ਇਹ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਸੀ ਤਾਂ ਇਹ ਤੁਸੀਂ ਦੇਖ ਰਹੇ ਹੋ ਗੋਪੀ ਚੰਦ 바ਰਗਵ ਨੇ ਤਾਂ ਇਹ ਪੰਜਾਬ ਦੇ ਪਹਿਲੇ ਸੀਐਮ ਬਣੇ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ ਤਾਂ ਇਹ ਸੀਐਮ ਸਾਡੇ ਉਸ ਟਾਈਮ ਦੇ ਫਰਸਟ ਸੀਐਮ ਸੀਗੇ ਤੇ ਇਸ ਤਰ੍ਹਾਂ ਅਸੀਂ ਇਸ ਕੁਐਸਚਨ ਨੂੰ ਜਾਣਿਆ ਜੋ ਪੰਜਾਬ ਦੇ ਬਹੁਤ ਸਾਰੇ ਕੰਪੀਟੀਟਿਵ ਐਗਜ਼ਾਮ ਹੁੰਦੇ ਆ ਉਨਾ ਵਿੱਚ ਇੱਕ ਕੁਐਸਚਨ ਮੋਸਟਲੀ ਪੁੱਛਿਆ ਜਾਂਦਾ ਹੈ ਕਿ ਪੰਜਾਬ ਦੇ ਪਹਿਲੇ ਸੀਐਮ ਕੌਣ ਸੀ ਤਾਂ ਤੁਸੀਂ ਇਸ ਤੋਂ ਬਾਅਦ ਦੇਖ ਰਹੇ ਹੋ ਜੋ ਸਾਡੇ ਕੋਲੇ ਪੰਜਾਬ ਤੇ ਹਰਿਆਣਾ ਦੀ ਵੰਡ ਹੋਈ ਲੈਂਗੁਏਜ ਬੇਸ ਤੇ 1 ਨਵੰਬਰ 1966 ਨੂੰ ਪੰਜਾਬ ਦੇ ਵਿੱਚੋਂ ਹਰਿਆਣਾ ਨੂੰ ਵੱਖ ਕਰ ਦਿੱਤਾ ਗਿਆ ਤਾਂ ਉਹ ਇੱਕ ਭਾਸ਼ਾ ਦੇ ਆਧਾਰ ਤੇ ਵੰਡ ਹੋਈ ਸੀ ਤਾਂ 1 ਨਵੰਬਰ 1966 ਨੂੰ ਜੋ ਸਾਡੇ ਕੋਲੇ ਮੌਜੂਦਾ ਪੰਜਾਬ ਹੈ ਇਸ ਪੰਜਾਬ ਦੇ ਜੋ ਸੀਐਮ ਬਣੇ ਉਹ ਗਿਆਨੀ ਗੁਰਮukh ਸਿੰਘ ਮੁਸਾਫਰ ਤੋ ਵੀ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਬਿਲੋਂਗ ਕਰਦੇ ਸੀ ਤਾਂ ਇਸ ਤਰ੍ਹਾਂ ਅਸੀਂ ਇਸ ਵੀਡੀਓ ਦੇ ਵਿੱਚ ਜਾਣ ਰਹੇ ਹਾਂਗੇ ਕਿ 1947 ਦੇ ਟਾਈਮ ਤੇ ਜੋ ਸਾਡਾ ਨਵਾਂ ਪੰਜਾਬ ਭਾਰਤ ਦੇ ਹਿੱਸੇ ਆਇਆ ਉਸਦੇ ਸੀਐਮਸੀ ਗੋਪੀ ਚੰਦ 바ਰਗ ਤੇ ਜਦੋਂ ਅਸੀਂ ਦੁਬਾਰਾ ਹਰਿਆਣਾ ਨੂੰ ਪੰਜਾਬ ਚੋਂ ਵੱਖ ਕੀਤਾ ਗਿਆ ਉਸ ਟਾਈਮ ਤੇ ਸਾਡੇ 1 ਨਵੰਬਰ 1966 ਨੂੰ ਜੋ ਸੀਐਮ ਬਣੇ ਸੀ ਗਿਆਨੀ ਗੁਰਮukh ਸਿੰਘ ਮਸਾਫਰ ਸੀ ਤੇ ਹੁਣ ਅਸੀਂ ਗੱਲ ਕਰਦੇ ਹਾਂ ਮੌਜੂਦਾ ਜੋ ਸੀਐਮ ਨੇ ਸਾਡੇ ਕੈਪਟਨ ਅਮਰਿੰਦਰ ਸਿੰਘ ਤਾਂ ਇਹ ਦੂਸਰੀ ਵਾਰ ਪੰਜਾਬ ਦੇ ਸੀਐਮ ਬਣੇ ਨੇ ਤੇ ਇਹ 15ਵੇਂ ਸੀਐਮ ਨੇ ਇਹ ਪੰਜਾਬ ਦੇ 15ਵੇਂ ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ 14 ਵਿਅਕਤੀ ਪੰਜਾਬ ਦੇ ਸੀਐਮ ਦੇ ਅਹੁਦੇ ਤੇ ਰਹਿ ਚੁੱਕੇ ਨੇ ਤਾਂ ਇਹ 15ਵੀਂ ਮਤਲਬ ਪਰਸਨੈਲਿਟੀ ਹੈ ਜੋ ਪੰਜਾਬ ਦੇ ਸੀਐਮ ਦੇ ਰੂਪ ਚ ਹਨ ਤਾਂ ਇਹ ਵੀ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਆ ਤਾਂ ਇਹ ਪਹਿਲੀ ਵਾਰ 2002 ਤੋਂ 2007 ਤੱਕ ਇਹਨਾਂ ਨੇ ਸੀਐਮ ਦਾ ਅਹੁਦਾ ਸੰਭਾਲਿਆ ਤੇ ਇਹ ਹੁਣ ਸੰਭਾਲ ਰਹੇ ਨੇ ਤੇ ਫਸਟ ਟਾਈਮ ਇਹ 1980 ਦੇ ਵਿੱਚ ਲੋਕ ਸਭਾ ਦੇ ਵਿੱਚ ਐਮਪੀ ਬਣੇ ਲੋਕ ਸਭਾ ਦੇ ਵਿੱਚ ਐਮਪੀ ਦੀ ਮਤਲਬ ਇਹਨਾਂ ਨੇ ਇਲੈਕਸ਼ਨ ਜਿੱਤੀ ਤੇ ਨਾਲ ਹੀ ਨਾਲ ਐਟ ਪ੍ਰੈਜ਼ੈਂਟ ਇਹ ਪੰਜਾਬ ਉਰਦੂ ਅਕੈਡਮੀ ਦੇ ਚੇਅਰਮੈਨ ਵੀ ਨੇ ਤੇ ਇਸਨਾਂ ਦੀ ਗੱਲ ਕਰੀ ਹੈ ਆਪਾਂ ਇਹਨਾਂ ਨੇ ਇੱਕ ਇੰਡੀਅਨ ਆਰਮੀ ਦੇ ਵਿੱਚ ਵੀ ਸਰਵਿਸ ਦਿੱਤੀ ਹੈ ਉਹ ਕੈਪਟਨ ਰੈਂਕ ਤੇ 1963 ਤੋਂ 1965 ਤੱਕ ਸਿੱਖ ਰੈਜੀਮੈਂਟ ਦੇ ਵਿੱਚ ਇਹਨਾਂ ਨੇ ਐਜ਼ ਅ ਕੈਪਟਨ ਸਰਵਿਸ ਦਿੱਤੀ ਹੈਗੀ ਤਾਂ ਤੁਸੀਂ ਦੇਖ ਸਕਦੇ ਹੋਗੇ ਇਸ ਤੋਂ ਬਾਅਦ ਅਸੀਂ ਕੀ ਦੇਖ ਰਿਆਂਗੇ ਚੀਫ ਮਿਨਿਸਟਰ ਆਫ ਹਰਿਆਣਾ ਤਾਂ ਇਹ ਜੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜਾ ਰਿਹਾ ਇਸ ਦਾ ਮੇਨ ਮਾਰਕਸ ਇਹ ਹੈਗਾ ਕਿ ਜਦੋਂ 1 ਨਵੰਬਰ 1966 ਨੂੰ ਹਰਿਆਣਾ ਨੂੰ ਪੰਜਾਬ ਤੋਂ ਵੱਖ ਕੀਤਾ ਗਿਆ ਭਾਸ਼ਾ ਦੇ ਆਧਾਰ ਤੇ ਤਾਂ ਉਸ ਟਾਈਮ ਹਰਿਆਣਾ ਦੇ ਸੀਐਮ ਕੌਣ ਬਣੇ ਤਾਂ ਹਰਿਆਣਾ ਦੇ ਪਹਿਲੇ ਸੀਐਮ ਤਾਂ ਹਰਿਆਣਾ ਕਿਉਂ ਤੁਹਾਨੂੰ ਪਤਾ ਲੱਗਿਆ ਵੀ 1 ਨਵੰਬਰ 1966 ਨੂੰ ਹੀ ਬਣਿਆ ਤਾਂ ਉਸਦੇ ਪਹਿਲੇ ਸੀਐਮ ਇੰਡੀਆ ਨੈਸ਼ਨਲ ਕਾਂਗਰਸ ਪਾਰਟੀ ਨੂੰ ਹੀ ਬਿਲੋਂਗ ਕਰਦੇ ਸੀ ਉਹ ਸੀਗੇ ਭਗਵਤ ਦਿਆਲ ਸ਼ਰਮਾ ਤਾਂ ਇਸ ਤਰ੍ਹਾਂ ਕੇ ਨਾਲ ਤੁਸੀਂ ਇਹ ਜਾਣਕਾਰੀ ਆਪਣੇ ਮਾਈਂਡ ਚ ਰੱਖ ਸਕਦੇ ਹੋਗੇ ਕਿ ਪੰਜਾਬ ਦੇ ਪਹਿਲੇ ਸੀਐਮ ਕੌਣ ਸੀ ਤੇ ਹਰਿਆਣਾ ਦੇ ਪਹਿਲੇ ਸੀਐਮ ਕੌਣ ਸੀ ਜੇਕਰ ਅਸੀਂ ਕੋਈ ਹਰਿਆਣਾ ਦਾ ਕੰਪੀਟੀਟਿਵ ਇਗਜ਼ਾਮ ਦੇ ਰਹੇ ਹਾਂਗੇ ਤੇ ਉੱਥੇ ਹਰਿਆਣਾ ਬਾਰੇ ਜਾਣਕਾਰੀ ਮੋਸਟਲੀ ਪੁੱਛੀ ਜਾਂਦੀ ਹੈ ਤੇ ਜੇਕਰ ਅਸੀਂ ਪੰਜਾਬ ਦਾ ਕੰਪੀਟੀਟਿਵ ਇਗਜ਼ਾਮ ਦੇ ਰਹੇ ਹਾਂ ਚਾਹੇ ਉਹ ਪੰਜਾਬ ਪਟਵਾਰੀ ਪੰਜਾਬ ਪੁਲਿਸ ਅਫਸਰ ਇੰਸਪੈਕਟਰ ਕਿਸੇ ਵੀ ਤਰ੍ਹਾਂ ਦਾ ਇਗਜ਼ਾਮ ਹੋਵੇ ਪੰਜਾਬ ਦਾ ਤਾਂ ਉਸ ਦੇ ਵਿੱਚ ਮੋਸਟਲੀ ਇਹ ਕੁਐਸਚਨ ਦੇਖਣ ਨੂੰ ਮਿਲਦਾ ਹੈ ਕਿ ਪੰਜਾਬ ਦਾ ਪਹਿਲਾ ਸੀਐਮ ਕੌਣ ਸੀ ਜਾਂ ਪੰਜਾਬ ਦਾ ਫਰਸਟ ਗਵਰਨਰ ਕੌਣ ਸੀ ਤਾਂ ਤੁਹਾਨੂੰ ਦੱਸਿਆ ਗਿਆ ਇਸ ਵੀਡੀਓ ਦੇ ਵਿੱਚ ਤਾਂ ਦੂਸਰੀ ਗੱਲ ਤੁਸੀਂ ਦੇ ਨੀਚੇ ਲਿਖਿਆ ਅਸੀਂ ਤੁਹਾਨੂੰ ਪੂਰੀ ਚੰਗੇ ਤਰੀਕੇ ਨਾਲ ਜਾਣਕਾਰੀ ਨੈਕਸਟ ਵੀਡੀਓ ਵਿੱਚ ਦੇਵਾਂਗੇ ਕਿ ਸਭ ਤੋਂ ਵੱਧ ਪ੍ਰੈਜ਼ੀਡੈਂਟ ਰੂਲ ਕਿਸ ਸਟੇਟ 'ਚ ਲੱਗਿਆ ਪ੍ਰੈਜ਼ੀਡੈਂਟ ਰੂਲ ਕਦੋਂ ਲੱਗਦਾ ਹੈ ਇਸ ਦੇ ਵਿੱਚ ਕੀ ਹੁੰਦਾ ਹੈ ਕਿਹੜੇ ਸੈਕਸ਼ਨ ਦੇ ਅੰਡਰ ਲੱਗਦਾ ਹੈ ਇਹ ਸੋ ਇਸ ਵੀਡੀਓ ਦੇ ਵਿੱਚ ਅਸੀਂ ਇਹਨਾਂ ਹੀ ਦੱਸ ਰਹੇ ਹਾਂਗੇ ਥੈਂਕਸ ਫॉर ਵਾਚਿੰਗ